ਪੰਜਾਬ ਪੁਲਿਸ ਨਸ਼ੇ ਨੂੰ ਲੈ ਕੇ ਲਗਾਤਾਰ ਐਕਸ਼ਨ ਵਿੱਚ ਹੈ। ਦੂਜੇ ਦਿਨ ਵੀ ਕਈ ਜ਼ਿਲ੍ਹਿਆਂ ਵਿੱਚ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਏ ਗਏ ਨੇ। ਹੁਸ਼ਿਆਰਪੁਰ ਵਿੱਚ ਵੀ ਪੁਲਿਸ ਨੇ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਹੈ। ਰੇਡ ਦੇ ਦੌਰਾਨ ਨਸ਼ਾ ਤਸਕਰਾਂ ਤੇ ਜਿੱਥੇ ਸਭ ਤੋਂ ਜ਼ਿਆਦਾ ਐਨਡੀਪੀਐਸ ਦੇ ਮਾਮਲੇ ਦਰਜ ਹੋਏ ਨੇ ਉੱਥੇ ਸਖਤਾਈ ਕੀਤੀ ਜਾਂਦੀ ਹੈ। ਹੁਸ਼ਿਆਰਪੁਰ ਪੁਲਿਸ ਵੱਲੋਂ ਭਗਤ ਨਗਰ ਇਲਾਕੇ ਵਿੱਚ ਘਰ ਘਰ ਜਾ ਕੇ ਤਲਾਸ਼ੀ ਲਈ ਗਈ ਤੇ ਪੂਰੇ ਭਗਤ ਨਗਰ ਇਲਾਕਾ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ। ਭਗਤ ਨਗਰ ਦੇ ਇਲਾਕੇ ਦੇ ਇੱਕ ਘਰ ਵਿੱਚੋਂ ਡਰੱਗਸ ਤੇ ਡਰੱਗ ਮਨੀ ਵੀ ਪੁਲਿਸ ਨੇ ਬਰਾਮਦ ਕੀਤੇ ਹੋਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਦਮ ਭਰਿਆ। ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚ ਰੇਡ ਕਰਾਏ ਗਏ ਸੀ, ਜਿਹਦੇ ਅਕੋਰਡਿੰਗਲੀ ਅਸੀਂ ਤਕਰੀਬਨ 150-200 ਮੁਲਾਜ਼ਮ ਹੈਗੇ ਹਾਂ। 10 ਟੀਮਾਂ ਬਣਾਈਆਂ ਗਈਆਂ। ਭਗਤ ਨਗਰ ਨੂੰ ਬਿਲਕੁਲ ਸੀਲ ਕੀਤਾ ਗਿਆ ਹੈ। ਹਰ ਜਿਹੜੇ ਆਇਡੈਂਟੀਫਾਈ ਜਿਹੜੇ ਬੰਦੇ ਆ ਜਿਹੜੇ ਡਰੱਗ ਵੇਚਦੇ ਉਹਨਾਂ 'ਤੇ ਰੇਡ ਕੀਤੇ ਜਾ ਰਹੇ ਨੇ। ਉਹਦੇ ਵਿੱਚ ਅਸੀਂ ਹਾਲੇ ਇੱਕ ਘਰ ਤੋਂ ਮਿਲਿਆ ਵੀ ਹੈ, ਡਰੱਗ ਮਨੀ ਵੀ ਮਿਲੀ ਹੈ, ਉਹ ਕੋਲੋਂ ਡਰੱਗ ਵੀ ਮਿਲਿਆ। ਉਹ ਵੀ ਵਹੀਕਲ ਵੀ ਅਸੀਂ ਕਰਾਂਗੇ। ਦੇਖੋ ਜਿਹੜੇ ਜੇ ਤਾਂ ਇਹਨਾਂ ਦੇ ਖਿਲਾਫ਼ ਪਹਿਲੇ ਮੁਕੱਦਮੇ, ਇਹਨਾਂ ਦੀ ਪ੍ਰੋਪਰਟੀ ਵਟਾਇਜ ਇਸ ਵਾਰ ਕਰਾਵਾਂਗੇ ਸਰ।